ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡੇਢ ਮਿੰਟ 'ਚ ਹੀ ਗੱਲ ਬੇੜ ਦੇਣੀ, ਕਿਉਂਕਿ ਮੈਂ ਤਾਂ ਅਸਲ ਸੁਣਨ ਵਿੱਚ ਆਇਆ ਸੀ ਵੀ ਸੁਣਾ, ਕਿਉਂਕਿ ਇੱਥੇ ਬਹੁਤ ਵੱਡੇ ਵੱਡੇ ਬੁਲਾਰੇ ਸਾਡੇ ਮੰਡ ਸਾਹਿਬ ਬੈਠੇ ਨੇ, ਦਾਦੂਵਾਲ ਸਾਹਿਬ ਬੈਠੇ ਨੇ, ਔਰ ਜਿਹੜੀ 5 ਮੈਂਬਰੀ ਕਮੇਟੀ ਬਣਾਈ ਹੈ ਤਾਂ ਬਹੁਤ ਹੀ ਬੰਦਿਆਂ ਦੀ। ਅਸਲ ਤਾਂ ਅਸੀਂ ਤਾਂ ਇਹਨਾਂ ਨੂੰ ਸੁਣਨ ਹੀ ਆਏ ਹਾਂ, ਇਹ ਜੋ ਵੀ ਸਾਨੂੰ ਕਹਿਣਗੇ ਅਸੀਂ ਉਸ ਹਿਸਾਬ ਨਾਲ ਅਸੀਂ ਇਹਨਾਂ ਦਾ ਪੂਰਨ ਸਪੋਰਟ ਕਰਾਂਗੇ। ਬਾਕੀ ਰਹੀ ਗੱਲ ਇਹ, ਸਭ ਤੋਂ ਪਹਿਲਾਂ ਆਪਾਂ ਇਕੱਠੇ ਹੋਏ ਗੁਰਸਿੱਖ ਕਹਾ ਰਹੇ ਹਾਂ ਸਾਰੇ ਵੀ ਅਸੀਂ ਗੁਰਸਿੱਖ ਹੈਗੇ ਹਾਂ। ਸਿਰਫ ਜੇ ਗੁਰਸਿੱਖ ਹੁੰਦੇ ਤਾਂ ਇਹ ਗੱਲਾਂ ਨਾ ਆਉਂਦੀਆਂ, ਬੜੀ ਕੌੜੀ ਗੱਲ ਕਹਿ ਰਿਹਾ। ਅੱਜ ਗੱਲ ਹੋ ਰਹੀ ਸਿੱਖੀ ਨੂੰ ਬਚਾਉਣ ਦੀ, ਗੱਲ ਹੋ ਰਹੀ, ਬੜਾ ਕੁਛ ਹੋ ਰਿਹਾ। ਮੈਂ ਬਰਗਾੜੀ ਗਿਆ, ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਕਿਉਂਕਿ ਅਸੀਂ ਛੋਟੀ ਜਿਹੀ ਪਾਰਟੀ ਸੀ, ਹਾਜ਼ਰੀ ਲਾਉਂਦੇ ਰਹੇ ਅਸੀਂ ਜਾ ਕੇ ਉੱਥੇ। ਅੱਜ ਪਟੀਸ਼ਨ ਇਹ ਬਣੀ ਹੋਈ ਸਿੱਖਾਂ ਦੀ ਗੱਲ ਕਰਦੇ ਨੇ ਕਿ ਸੱਚਮੁੱਚ ਅਸੀਂ ਸਿੱਖ ਬਣ ਗਏ ਹਾਂ ਕਿ ਸਿਰਫ ਅਸੀਂ ਕੇਸਾਧਾਰੀ ਹਾਂ, ਕੇਸਾਧਾਰੀ ਹੋ ਕੇ ਰਹਿ ਗਏ। ਜੇ ਸਿੱਖ ਬਣੇ ਹੁੰਦੇ ਅੱਜ ਇਹ ਗੱਲਾਂ ਨਾ ਹੁੰਦੀਆਂ। ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਵੱਖਰੇ, ਗੁਰਦੁਆਰੇ ਵੱਖਰੇ। ਅੱਜ ਤੁਸੀਂ ਜਾਓ ਰੂਮੀ, ਰੂਮੀ ਕੀ ਹੋ ਰਿਹਾ, ਜਿਹਨਾਂ ਦੇਖਿਆ ਹੈਗਾ ਕੀ ਉੱਥੇ ਸਿੱਖਾਂ ਵਾਲੀਆਂ ਗੱਲਾਂ ਹੋ ਰਹੀਆਂ। ਉਹ ਦਲਿਤ ਲੋਕ ਜਿਹੜੇ ਨਾਲ ਜੋੜਨੇ ਚਾਹੀਦੇ ਸੀ, ਉਹ ਜੁੜੇ ਨਹੀਂ, ਕਾਰਨ ਕੀ ਹੈ? ਜੋ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ, ਸਾਡੇ ਵਿੱਚ ਵੀ ਵਿਪਰਵਾਦੀ ਲੋਕ ਇਕੱਠੇ ਹੋ ਗਏ ਨੇਗੇ। ਬੜੀ ਕੌੜੀ ਗੱਲ ਕਹਿ ਰਿਹਾ, ਕਹਿਣੀ ਇਸ ਕਰਕੇ ਪੈਰੀ ਬੜਾ ਢਿੱਡ ਭਰਿਆ ਪਿਆ ਹੈਗਾ, ਬਹੁਤ ਦੁਖੀ ਜਦੋਂ ਸੁਣਦੇ ਫਲਾਨੇ ਡੇਰੇ ਦੇ ਵਿੱਚ ਦਲਿਤ ਲੋਕ ਵੱਖਰੇ ਮੱਥਾ ਟੇਕਣ ਜਾਂਦੇ ਆ। ਫਾਰ ਐਗਜ਼ਾਮਪਲ ਰੂਮੀ ਦੁਨੀਆ ਜਾਣਦੀ ਹੈ, ਪਤਾ ਨਹੀਂ ਹੁਣ ਉੱਥੇ ਬਦਲਿਆ ਕਿ ਨਹੀਂ ਬਦਲਿਆ ਹੈਗਾ। ਇਹ ਗੱਲਾਂ ਜਿਹੜੀਆਂ ਹੋਈਆਂ ਪਹਿਲਾਂ, ਭਾਈ ਸਿੱਖ ਬਣ ਜਾਓ, ਧਰਮ ਨੂੰ ਕੋਈ ਖਤਰਾ ਨਹੀਂ ਹੈਗਾ। ਜਿਸ ਦਿਨ ਸਿੱਖ ਬਣ ਗਏ ਕੋਈ ਖਤਰਾ ਨਹੀਂ ਹੋਏਗਾ। ਜੈ ਜਵਾਨ ਜੈ ਕਿਸਾਨ ਪਾਰਟੀ, ਜੋ ਵੀ ਇਹ ਪੰਜ ਸਿੰਘ ਸਹਿਬਾਨ ਕੋਈ ਵੀ ਹੁਕਮ ਦੇਣਗੇ, ਅਸੀਂ ਉਸ ਹੁਕਮ ਤੇ ਫੁੱਲ ਚੜਾਵਾਂਗੇ। ਮੈਂ ਤਾਂ ਸਿਆਸੀ ਬੰਦਾ, ਮੈਂ ਕੋਈ ਧਾਰਮਿਕ ਬੰਦਾ ਨਹੀਂ, ਧਾਰਮਿਕ ਗੱਲ ਧਾਰਮਿਕ ਬੰਦਿਆਂ ਤੇ ਛੱਡ ਦੇ। ਜੋ ਜੋ ਵੀ ਇਹ ਕਹਿਣਗੇ, ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਨਮਾਈ 'ਚ ਗੱਲ ਕਰੋਗੇ ਤਾਂ ਜਿੰਨੇ ਬੈਠੇ ਸਾਰਿਆਂ ਨੂੰ ਕਬੂਲ ਹੋਏਗਾ। ਕੋਈ ਵੀ ਬੰਦਾ ਬਾਣੀ ਤੋਂ ਮੁੱਖ ਨਹੀਂ ਮੋੜਦਾ ਹੈਗਾ, ਸਾਡਾ ਗੁਰੂ ਹੈ ਬਾਣੀ। ਬਾਣੀ ਦੇ ਹਿਸਾਬ ਨਾਲ ਜੋ ਫੈਸਲੇ ਲਏ ਜਾਣਗੇ ਉਹ ਸਿਰਫ ਸਿੱਖਾਂ ਵਾਸਤੇ ਨਹੀਂ, ਪੂਰੀ ਮਨੁੱਖਤਾ ਦੇ ਭਲੇ ਵਾਸਤੇ ਹੋਣਗੇ। ਇਸ ਕਰਕੇ ਕਿਰਪਾ ਕਰਕੇ ਇਹ ਸਾਡਾ ਹਾਜ਼ਰੀ ਕਬੂਲ ਕਰੋ। ਅੱਗੋਂ ਤੋਂ ਜੋ ਵੀ ਤੁਸੀਂ ਸਾਨੂੰ ਹੁਕਮ ਲਾਓਗੇ, ਅਸੀਂ ਤੁਹਾਡੇ ਹੁਕਮਾਂ ਤੇ ਫੁੱਲ ਚੜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।